ਪੈਨਸ਼ਨ ਤੁਸੀਂ ਪੁੱਛਿਆ ਵੀ ਪੈਨਸ਼ਨ ਮਿਲੂਗੀ ਜਾਂ ਕਿਵੇਂ ਮਿਲੂਗੀ ਹੁਣ ਇਹ ਪੈਨਸ਼ਨ ਦਾ ਜਿਹੜਾ ਸਰਕਾਰ ਨੇ ਨੋਟੀਫਿਕੇਸ਼ਨ ਕਰਿਆ 18 11 22 ਨੂੰ ਹੁਣ ਕੋਈ ਆਮ ਬੰਦਾ ਜਿਹੜਾ ਸੜਕ ਦੇ ਬਾਹਰ ਬੈਠਣ ਬੈਠਾ ਹੈ ਜਿਹਨੂੰ ਸਿਰਫ ਲਿਖਣਾ ਆਉਂਦਾ ਇਕੱਲਾ ਉਹ ਇੱਕ ਕਾਗਜ਼ ਤੇ ਲਿਖ ਦੇ ਵੀ ਕੱਲ ਤੋਂ ਪੰਜਾਬ ਚ ਪੁਰਾਣੀ ਪੈਨਸ਼ਨ ਲਾਗੂ ਠੀਕ ਹੈ ਜੀ نیچے ਆ ਕਾਗਜ਼ ਸਰਕੂਲੇਟ ਹੋ ਜੇ ਤੇ ਐ ਹੋ ਜੇ ਵੀ ਪੰਜਾਬ ਚ ਪੈਨਸ਼ਨ ਲਾਗੂ ਹੋ ਗਈ ਸੇਮ ਐਜ਼ ਇਟ ਇਜ਼ ਆ ਸਰਕਾਰ ਨੇ ਇੱਕ ਨੋਟੀਫਿਕੇਸ਼ਨ ਕਰਕੇ ਲਿਖਤਾ ਵੀ ਕੱਲ ਤੋਂ ਆ ਪੰਜਾਬ ਚ ਪੁਰਾਣੀ ਪੈਨਸ਼ਨ ਲਾਗੂ ਜਦੋਂ ਤੱਕ ਪੁਰਾਣੀ ਪੈਨਸ਼ਨ ਦੀ ਨੋਟੀਫਿਕੇਸ਼ਨ ਦੇ ਵਿੱਚ ਕੋਈ ਰੂਲ ਨਹੀਂ ਪਾਉਂਗੇ ਮੁੱਖ ਮੰਤਰੀ ਜੇ ਦੋ ਸ਼ਬਦ ਵੈਸੇ ਬੋਲਦੇ ਹਨ ਨਾ ਤੇ ਕਾਨੂੰਨ ਬਣ ਜਾਂਦਾ ਇਹ ਤੇ ਲਿਖਤੀ ਉਹਨਾਂ ਨੇ ਜਾਰੀ ਕਰ ਦਿੱਤਾ ਸ਼ੱਕ ਕਿਉਂ ਕਰਦੇ ਨੇ ਸਰ ਸ਼ੱਕ ਤਾਂ ਕਰਦੇ ਆ ਠੀਕ ਹੈ ਕਾਨੂੰਨ ਬਣ ਗਿਆ ਕਾਨੂੰਨ ਬਣ ਗਿਆ ਤੇ ਇਹ ਕਾਨੂੰਨ ਨਾਲ ਆਮ ਬੰਦਾ ਮਲਾਜ਼ਮ ਕਿਵੇਂ ਫਾਇਦਾ ਲੈ ਸਕਦਾ ਹੈ ਉਹਦੇ ਇਫੈਕਟ ਨੇ ਫਿਗਰ ਉਹਦੀਆਂ ਟਰਮਿਨ ਕੰਡੀਸ਼ਨਸ ਕਿੱਥੇ ਨੇ 18 11 ਨੂੰ ਫੈਸਲਾ ਕਰਤਾ ਇਲੈਕਸ਼ਨਾਂ ਕਰਕੇ ਵੀ ਪੰਜਾਬ ਚ ਪੁਰਾਣੀ ਪੈਨਸ਼ਨ ਬਹਾਲ ਪਰ ਮੁਲਾਜ਼ਮਾਂ ਨੂੰ ਇਹ ਪੈਨਸ਼ਨ ਕਿਵੇਂ ਮਿਲੂਗੀ ਕਦੋਂ ਤੋਂ ਮਿਲੂਗੀ ਕੀ ਮਿਲੂਗਾ ਕੀ ਜਿਹੜਾ ਸਾਡਾ ਪੀਐਫ ਆਰਡੀ ਇਹ ਪੈਸਾ ਜਿਹੜਾ ਕੱਟ ਰਿਹਾ ਹੈ ਕੀ ਉਥੋਂ ਵਾਪਸ ਆਉਣ ਦਾ ਕੀ ਪ੍ਰੋਵੀਜ਼ਨ ਹੋਊਗਾ ਕੀ ਅੱਗੇ ਸਾਡੀ ਕਟੌਤੀ ਹੋਊਗੀ ਕਿ ਨਹੀਂ ਹੋਊਗੀ ਜੀਪੀਐਫ ਸਾਡਾ ਕਦੋਂ ਚਾਲੂ ਹੋਊਗਾ ਇਹ ਸਾਰੇ ਸਟੈਂਡਰਡ ਆਪਰਸੀਜਰ ਹੁੰਦੇ ਬਹੁਤ ਬਹੁਤ ਵੱਡੇ ਸਵਾਲ ਹਲੇ ਖੜੇ ਨੇ ਜਸਪਰੀ ਤੇ ਰੰਧਾਵਾ ਪੰਜਾਬ ਸਕਤਰੇ ਦੇ ਮੁਲਾਜ਼ਮਾਂ ਦੇ ਪ੍ਰਧਾਨ ਨੇ ਪ੍ਰਧਾਨ ਸਾਹਿਬ ਕਿਵੇਂ ਪੈਨਸ਼ਨ ਦਿਵਾਓਗੇ ਪੰਜਾਬ ਦੇ ਮੁਲਾਜ਼ਮਾਂ ਨੂੰ ਦੇਖੋ ਜਿਹੜੀ ਤੁਹਾਡੇ ਮੱਦੇਮ ਮਰਾਈਆਂ ਇਹ ਦੱਸ ਰਹੇ ਆਂ ਵੀ ਸਰਕਾਰ ਨੇ ਦੀਵਾਲੀ ਤੋਂ ਪਹਿਲਾਂ ਇੱਕ ਐਲਾਨ ਕੀਤਾ ਵੀ ਪੈਨਸ਼ਨ ਬਹਾਲ ਤੇ ਬਹੁਤ ਵੱਡੀ ਖੁਸ਼ਖਬਰੀ ਹੋਈ ਸਾਰਿਆਂ ਵਿੱਚ ਇੱਕ ਇੱਕ 2004 ਤੋਂ ਬਾਅਦ ਜਿਹੜੀ ਪੈਨਸ਼ਨ ਬਹਾਲ ਹੋਈ ਇਹਦੇ ਸਬੰਧ ਵਿੱਚ ਸਾਰੇ ਜਥੇਬੰਦੀਆਂ ਵਿੱਤ ਮੰਤਰੀ ਸਾਹਿਬ ਨੂੰ ਵੀ ਧੰਨਵਾਦ ਕੀਤਾ ਪਰ ਜਿਹੜੀ ਨੋਟੀਫਿਕੇਸ਼ਨ ਕੀਤੀ ਹੈ ਦੋ ਅੱਖਰਾਂ ਦੀ ਆਪ ਸਾਰੇ ਸਮਝਦੇ ਹੋ ਉਹਦੇ ਵਿੱਚ ਲਿਖਿਆ ਵੀ ਪੁਰਾਣੀ ਪੈਨਸ਼ਨ ਬਹਾਲ ਕੀਤੀ ਜਾਂਦੀ ਹੈ ਉਹਨਾਂ ਚ ਕੋਈ ਕਲੋਜ਼ ਨਹੀਂ ਪਾਇਆ ਕੋਈ ਰੂਲ ਨਹੀਂ ਪਾਇਆ ਕੋਈ ਐਕਟ ਨਹੀਂ ਪਾਇਆ ਇਹਦੇ ਵਿੱਚ ਸਾਰਾ ਹੀ ਚੱਕਰ ਵੀ ਬਣਾ ਕੇ ਰੱਖਤਾ ਬਹੁਤ ਮਾੜੀ ਗੱਲ ਹੈ ਇਸ ਟਾਈਮ ਸਾਰੇ ਮੁਲਾਜ਼ਮ ਰੋਸ ਵਿੱਚ ਨੇ ਪੈਨਸ਼ਨ ਬਹਾਲ ਦਾ ਜਿਹੜਾ ਰੋਲਾ ਹੈ ਸਾਰੇ ਪੰਜਾਬ ਵਿੱਚ ਅੱਗ ਫੈਲ ਚੁੱਕੀ ਹੈ ਭਾਰਤ ਸਰਕਾਰ ਵੱਲੋਂ ਵੀ ਜਿਹੜਾ ਪੈਨਸ਼ਨ ਦੇ ਇਹਨਾਂ ਨੂੰ ਨੈਗਲੈਕਟ ਕੀਤਾ ਇੱਕ ਇਸ਼ੂ ਇੱਕ ਪੈਨਸ਼ਨ ਦਾ ਐਡਾ ਵੱਡਾ ਕਿਉਂ ਬਣਾਇਆ ਗਿਆ ਇੱਕ ਛਾਈ ਹੈ ਜਿਹੜੀ ਉਹ ਫੈਲਦੀ ਜਾ ਰਹੀ ਹੈ ਇੱਕ ਪੈਨਸ਼ਨ ਜਿਹੜਾ ਹੁੰਦਾ ਬਹੁਤ ਵੱਡੀ ਗੱਲ ਹੁੰਦੀ ਹੈ ਜੇ ਆਪਾਂ ਮੁਲਾਜ਼ਮ ਹੈ ਨਾ ਉਹ ਪੈਨਸ਼ਨ ਦੇ ਸਿਰ ਤੇ ਹੁੰਦਾ ਅਸੀਂ ਸਰਕਾਰ ਦੇ ਅੱਗੇ ਬੇਨਤੀ ਕਰਦੇ ਹਾਂ ਜੇ ਪੈਨਸ਼ਨ ਬਹਾਲ ਨਾ ਹੋਈ ਤੇ ਸਾਰਾ ਪੰਜਾਬ ਸਰਗਰਮ ਹੋ ਜਾਊਗਾ ਇਸ ਕਰਕੇ ਅਸੀਂ ਚਾਹੁੰਦੇ ਹਾਂ ਇਹਨੂੰ ਛੇਤੀ ਤੋਂ ਛੇਤੀ ਨੋਟੀਫਿਕੇਸ਼ਨ ਕੀਤਾ ਜਾਵੇ ਖੈਰਾ ਸਾਹਿਬ ਥੋੜਾ ਹੋਰ ਪੰਜਾਬ ਦੇ ਮੁਲਾਜ਼ਮ ਸੁਣਨਾ ਚਾਹੁੰਦੇ ਨੇ ਤੁਹਾਡੇ ਕੋਲੋਂ ਖਾਸ ਕਰਕੇ ਜਿਹੜੇ ਲੰਮੀ ਪੈਨਸ਼ਨ ਜਿਨ੍ਹਾਂ ਨੂੰ ਮਿਲਦੀ ਹੈ ਵੀ ਹੁਣ ਅਗਲੀ ਰਣਨੀਤੀ ਕੀ ਹੋਊਗੀ ਪੰਜਾਬ ਸਕੱਤਰੇਦ ਦੇ ਜਿਹੜੇ ਮੁਲਾਜ਼ਮ ਨੇ ਜਾਂ ਤੁਸੀਂ ਮੁਲਾਜ਼ਮ ਮੰਚ ਦੇ ਕਨਵੀਨਰ ਵੀ ਜੀ ਸਭ ਤੋਂ ਪਹਿਲੀ ਗੱਲ ਤਰਲੋਚਨ ਜੀ ਇਹ ਆ ਕਿ ਸਭ ਤੋਂ ਪਹਿਲਾ ਜਿੱਦਣ ਚਿੱਠੀ ਇਸ਼ੂ ਹੋਈ ਆ ਅਸੀਂ ਜੇ ਕਿਸੇ ਨੂੰ ਵਧਾਈਆਂ ਦਿੱਤੀਆਂ ਸੀ ਉਹ ਉਸ ਦਿਨ ਦਿੱਤੀਆਂ ਜਿੱਦਣ ਅਨਾਉਂਸਮੈਂਟ ਹੋਈ ਸੀ ਔਰ ਅਸੀਂ ਉੱਤੇ ਕਹਿ ਕੇ ਆਏ ਸੀਗੇ ਕਿ ਜੋ ਰੂਲ ਰੈਗੂਲੇਸ਼ਨ ਆ ਸੀਐਸਆਰ ਵੋਲਿਊਮ ਜਾਂ ਸੈਂਟਰ ਗਵਰਨਮੈਂਟ ਦੇ 1972 ਦੇ ਰੂਲ ਆ ਉਹਦੇ ਅਨੁਸਾਰ ਜੇ ਸਾਨੂੰ ਪੈਨਸ਼ਨ ਦਿੰਦੇ ਆ ਤੇ ਇਹ ਤੁਹਾਡੀ ਜਿਹੜੀ ਤੁਹਾਨੂੰ ਮੁਬਾਰਕਾ ਜੇਕਰ ਨਹੀਂ ਆ ਤੇ ਅਸੀਂ ਅੱਗੇ ਲੜਾਈ ਲੜਾਂਗੇ ਜਿੱਦਣ ਨੋਟੀਫਿਕੇਸ਼ਨ ਹੋਈ ਆ ਉਹਦੇ ਵਿੱਚ ਕੁਝ ਨਹੀਂ ਜਿਵੇਂ ਸਾਥੀਆਂ ਨੇ ਦੱਸਿਆ ਉਹ ਇੱਕ ਤਰਵਾਸ ਸੀਗੀ ਉਸ ਤੋਂ ਬਾਅਦ ਤੁਸੀਂ ਸਾਨੂੰ ਕਵਰੇਜ ਵੀ ਕਰ ਚੁੱਕੇ ਹੋ ਅਸੀਂ ਆਪਣਾ ਪ੍ਰੋਟੈਸਟ 17 ਚ ਚਿੱਠੀਆਂ ਪਾੜ ਕੇ ਵੀ ਕੀਤਾ ਉਸ ਤੋਂ ਬਾਅਦ ਸੈਕਟਰੀਏਟ ਦੇ ਵਿੱਚ ਰੈਲੀ ਦੇ ਰੂਪ ਦੇ ਵਿੱਚ ਵੀ ਕੀਤਾ ਮਿਨੀ ਸੈਕਟਰੀਏਟ ਦੇ ਵਿੱਚ ਵੀ ਕੀਤਾ ਚੰਡੀਗੜ੍ਹ ਦੇ ਤੌਰ ਤੇ ਵੀ ਅਸੀਂ ਜਿਹੜਾ ਵਾ ਇਕਾਈ ਦੇ ਤੌਰ ਤੇ ਸਾਂਝੇ ਮਲਾਜੋ ਵੱਲੋਂ ਕਰਤਾ ਮਤਲਬ ਸਾਡੇ ਜਿਹੜੇ ਐਕਸ਼ਨ ਲਗਾਤਾਰ ਚੱਲ ਰਹੇ ਸੀ ਲੇਕਿਨ ਪੰਜਾਬ ਦੇ ਵਿੱਚ ਕਿਸੇ ਨੂੰ ਸਮਝ ਨਹੀਂ ਸੀ ਆ ਰਹੀ ਉਹ ਜਥੇਬੰਦੀਆਂ ਵਧਾਈ ਤੇ ਵਧਾਈਆਂ ਦਿੱਈ ਜਾ ਰਹੀਆਂ ਸੀਗੀ ਆ ਸਵਾਗਤ ਤੇ ਸਵਾਗਤ ਕਰੀ ਜਾ ਰਹੀ ਉਹਨਾਂ ਦੇ ਵਿੱਚ ਕੀ ਚੱਲਿਆ ਸੀ ਕਿਤੇ ਅਸੀਂ ਨਾ ਸਵਾਗਤ ਕਰਨ ਚ ਪਿੱਛੇ ਰਹਿ ਜਾਈਏ ਹੁਣ ਉਹਨੂੰ ਸਵਾਗਤ ਕਰਪੁਰ ਕੇ ਜਦੋਂ ਉਹਨਾਂ ਨੂੰ ਸਮਝ ਆਈ ਆ ਕਿ 30 ਤਰੀਕ ਹੋ ਗਈ ਆ ਕਈ ਦਫ਼ਤਰਾਂ 'ਚ ਬੰਦੇ ਰਿਟਾਇਰ ਹੋ ਗਏ ਉਹਨਾਂ ਨੂੰ ਪੁਰਾਣੀ ਪੈਨਸ਼ਨ ਮਿਲੀ ਨਹੀਂ ਹੈਗੀ ਜੀਪੀਐਫ ਕੱਟਣਾ ਨਹੀਂ ਸ਼ੁਰੂ ਹੋਇਆ ਹੁਣ ਸਮਝ ਆਈ ਵੀ ਜੋ ਸੈਕਟਰੀਟ ਵਾਲੇ ਨੇ ਬੋਲਿਆ ਸੀਗਾ ਉਹ ਸਹੀ ਬੋਲਿਆ ਸੀਗਾ ਹੁਣ ਅਸੀਂ ਜਾਣ ਕੇ ਬੈਕ ਲੱਡੂ ਤੇ ਸੈਕਟਰੀ ਵਾਲੇ ਵੀ ਖਵਾ ਕੇ ਆਏ ਸੀ ਮੈਂ ਤੁਹਾਨੂੰ ਪਹਿਲੇ ਹੀ ਦੱਸਦਾ ਜੀ ਇਹ ਸਵਾਲ ਤੁਸੀਂ ਸਾਰੇ মিডিਆ ਵਾਲੇ ਬਾਰ-ਬਾਰ ਪੁੱਛਦੇ ਹੋ ਪਰ ਮੈਂ ਬਾਰ-ਬਾਰ ਦੱਸਦਾ ਤਾਂ ਸ਼ਾਇਦ ਸਮਝਾਉਣ 'ਚ ਗਲਤੀ ਹੋ ਰਹੀ ਜਾਂ ਸਮਝਣ 'ਚ ਗਲਤੀ ਹੋ ਰਹੀ ਹੈ ਨੋਟੀਫਿਕੇਸ਼ਨ ਤੋਂ ਪਹਿਲਾਂ ਲੱਡੂ ਖਵਾਏ ਗਏ ਆ ਫਿਰ ਸਮਝੋ ਨੋਟੀਫਿਕੇਸ਼ਨ ਤੋਂ ਪਹਿਲੇ ਉਹਨਾਂ ਨੇ ਅਨਾਉਂਸ ਕੀਤਾ ਕਿ ਅਸੀਂ ਪੁਰਾਣੀ ਪੈਨਸ਼ਨ ਲਾਗੂ ਕਰਨ ਜਾ ਰਹੇ ਹਾਂ ਦਿਵਾਲੀ ਦਾ ਤੁਹਾਨੂੰ ਤੋਹਫਾ ਦੇਵਾਂਗੇ ਕੀ ਉਦੋਂ ਲੱਡੂ ਖਵਾਣੇ ਨਹੀਂ ਸੀ ਬੰਦੇ ਮੀਡੀਆ ਨੂੰ ਇੱਕ ਇਤਰਾਜ਼ ਆ ਨਹੀਂ ਕੋਈ ਸਵਾਲ ਨਹੀਂਗਾ ਸਵਾਲ ਤੇ ਇਹ ਹੈ ਵੀ ਲੱਡੂ ਖਵਾਣੇ ਤੇ ਚੰਗੀ ਗੱਲ ਦੇ ਕੋਈ ਚੰਗੀ ਗੱਲ ਕਰਦਾ ਕੈਬਨਿਟ ਦਾ ਫੈਸਲਾ ਸੀ ਉਹ ਤਾਂ ਚੰਗੀ ਗੱਲ ਹੀ ਹੈ ਕੈਬਨਿਟ ਦਾ ਫੈਸਲਾ ਪਹਿਲੇ ਕਰ ਲਿਆ ਉਹਨਾਂ ਨੇ ਮੂੰਹ ਜਬਾਨੀ ਦੱਸਤਾ ਜਿੱਦੋਂ ਰਿਟਰਨ ਚ ਆਇਆ ਤੇ ਉਹਦੇ ਚ ਲੱਭਿਆ ਇੱਕ ਅੱਖ ਨਹੀਂ ਵੀ ਪੈਨਸ਼ਨ ਹੋਊਗੀ ਕਿਵੇਂ ਕਿ ਜਿਹਦੇ ਨਾਲ ਪੈਨਸ਼ਨ ਲਾਗੂ ਕੀਤੀ ਉਹ ਚਿੱਠੀ ਵਾਪਸ ਲੈ ਲਈ ਉਹਦੇ ਵਾਪਸ ਨਹੀਂ ਕੀਤੀ ਸੀਐਸਆਰ ਉਹਦੇ ਵੋਲਿਊਮ ਜਿਹਦੇ ਨਾਲ ਪੈਨਸ਼ਨ ਮਿਲਿਓ ਅਮੈਂਡ ਹੋ ਗਈ ਉਹ ਅਮੈਂਡ ਨਹੀਂ ਹੋਏ ਕਿ ਪ੍ਰੋਸੀਜਰ ਜਿਹਦੇ ਨਾਲ ਪੈਨਸ਼ਨ ਮਿਲਣੀ ਹੈ ਉਹ ਅਡਾਪਟ ਕਰ ਲਓ ਕਹਿੰਦੇ ਐਸਓਪੀ ਬਾਅਦ ਚੋਂ ਕਰਾਂਗੇ ਬਾਅਦ ਚੋਂ ਕਦੋਂ 24 ਨੂੰ ਕਰੋਗੇ 26 ਜਿਹੜੀ ਅੱਗੇ 27 ਦੀ ਇਲੈਕਸ਼ਨ ਆਣੀ ਉਹਨੋਂ ਕਰਾਂਗੇ ਉਦੋਂ ਅਸੀਂ ਭੱਬਕੇ ਉਦੋਂ ਸਾਨੂੰ ਗਰਮੀ ਚੜੀ ਉਦੋਂ ਅਸੀਂ ਆਪਣੇ ਐਜੀਟੇਸ਼ਨ ਸ਼ੁਰੂ ਕੀਤੇ ਸਮਝਾਇਆ ਤੁਹਾਡੇ ਚੈਨਲ ਨੇ ਸਭ ਤੋਂ ਜ਼ਿਆਦਾ ਕਵਰੇਜ ਕੀਤੀ ਔਰ ਸਾਰੇ ਪੰਜਾਬ ਚ ਗਈ ਲੇਕਿਨ ਉਹਨਾਂ ਨੂੰ ਲੱਗਿਆ ਵੀ ਇਹ ਸਿਰ ਝੂਠ ਹੀ ਮਾਲ ਰਿਆ ਇਹ ਨਾਮ ਬਣਾ ਰਿਆ ਇਹ ਸਾਨੂੰ ਪਿੱਛੇ ਕਰ ਰਿਆ ਹੁਣ ਜਦੋਂ ਸਮਝ ਆ ਗਈ ਹੁਣ ਅਸੀਂ ਇਹ ਦੇਖ ਰਹੇ ਆਂ ਵੀ ਇੱਕ ਵਾਰ ਲੋਕਾਂ ਨੂੰ ਅਸਲੀਅਤ ਸਮਝ ਆ ਜਾਏ ਸ਼ਾਇਦ ਸਾਡੀ ਸਮਝ ਨਹੀਂ ਆਈ ਹੁਣ ਪ੍ਰੈਕਟੀਕਲ ਸਮਝ ਆ ਜਾਏ ਉਸ ਤੋਂ ਬਾਅਦ ਅਸੀਂ ਫਿਰ ਸਾਂਝਾ ਮਲਾਜਮ ਮੰਚ ਨੂੰ ਜਾਂ ਫਰੰਟ ਨੂੰ ਗਠਿਤ ਕਰਾਂਗੇ ਇਹਦੇ ਨਾਲ ਨਾਲ ਹੋਰ ਮੰਗਾ ਵੀ ਆ ਉਹ ਮੰਗal ਧਿਆਨ ਦੇਂਦੇ ਹੋਏ ਅਸੀਂ ਸਾਰਾ ਕੁਝ ਜਿਹੜਾ ਕਰਾਂਗੇ ਬਹੁਤ ਵੱਡੇ ਐਕਸ਼ਨ ਹੋਣਗੇ ਮੈਂ ਬਾਰ-ਬਾਰ ਕਹਿਣਾ ਕਿ ਕਾਂਗਰਸ ਦੇ ਟਾਈਮ ਤੇ 1 ਲੱਖ ਦਾ ਕੱਟ ਪਟਿਆਲੇ 'ਚ ਹੋਇਆ ਸੀ ਆਪਜੀ ਨੂੰ ਪਤਾ ਜੇ ਉਦੋਂ 1 ਲੱਖ ਦਾ ਕੱਟਾ ਹੁਣ ਮੈਂ ਫੇਰ ਇਹ ਕਹਿ ਰਿਹਾ ਹੁਣ 5 ਲੱਖ ਦਾ ਕੱਟ ਹੋਣਾ ਉਦੋਂ ਮੇਰੀ ਕਾ ਗੱਲ ਨੂੰ ਸੀਰੀਅਸ ਨਹੀਂ ਸੀ ਲਿਆ ਕਾਂਗਰਸ ਨੇ ਉਹ ਕਹਿੰਦੀ ਸੀ ਲੈ ਆਹ ਤਾਂ ਗੱਲਾਂ ਮਾਰਦੇ ਸਾਡੇ ਕੋ ਅਸੀਂ ਇੰਨੇ ਪੈਸੇ ਖਰਚਦੇ ਆ ਗੱਡਾ ਬੱਸੀਆ ਸ਼ਰਾਬ ਸ਼ਰਾਬ ਪਿਆਲਾ ਸਭ ਕੁਝ ਦਿੰਨੇ ਅਜੇ ਤੇ 1 ਲੱਖ ਨਹੀਂ ਕਰਦੇ ਕੱਲ ਤੇ ਜਵਾਕ ਕਿੱਥੋਂ ਕਰਾਂ ਲੱਖ ਦਾ ਕੱਠ ਕਰਤਾ